ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕਿੱਦਾਂ ਸਾਰੇ ਠੀਕ ਠਾਕ ਹੋ? ਰਾਤ ਸਾਨੂੰ ਤੈਨੂੰ ਹੋ ਗਿਆ ਸੀ ਹਨੇਰਾ, ਅਤੇ ਅਸੀਂ ਰੁਕੇ ਸੀ ਰਾਤ ਆਹ ਹੋਟਲ ਦੇ ਵਿੱਚ, ਇਹਨੂੰ ਕਹਿੰਦੇ ਆ ਹੋਟਲ ਗੋਲਡਨ ਹਵੇਲੀ, ਅਤੇ ਇੱਥੇ ਰੁਕੇ ਸੀ। ਅਤੇ ਇੱਥੋਂ ਦਾ ਰੂਮ ਰਾਮ ਬਹੁਤ ਵਧੀਆ, ਆ ਤੁਸੀਂ ਦੇਖ ਸਕਦੇ ਆ, ਬੈੱਡਰੂਮ ਸਾਰਾ ਕੁਛ ਇੱਥੇ ਮਿਲਦਾ ਭਾਈ। ਆਹ ਦੇਖੋ, ਆਹ ਇਕੱਲੀ ਇਕੱਲੀ ਚੀਜ਼ ਇੱਥੇ ਮਿਲ ਰਹੀ ਹੈ, ਆਈ ਆ। ਅਤੇ ਆਹ ਨਜ਼ਾਰਾ ਬਹੁਤ ਘੈਂਟ ਆ, ਕਿਆ ਬਾਤਾਂ! ਇੱਥੇ ਬਹਿ ਕੇ ਕਿਤਾਬ ਕਤੂਬ ਪੜ੍ਹਨੀ ਹੋਵੇ, ਨਜ਼ਾਰੇ ਲੱਗ ਜਾਣਗੇ। ਸਵੇਰ ਦੇ 9 ਵੱਜ ਚੁੱਕੇ ਆ, ਅਤੇ ਅਸੀਂ ਹੋਟਲ ਰੂਮ ਲੈਫਟ ਕਰਤਾ, ਉੱਥੋਂ ਬ੍ਰੇਕਫਾਸਟ ਕਰਕੇ ਅਤੇ ਅਸੀਂ ਪਹੁੰਚ ਗਏ ਹੁਣ ਜੈਸਲਮੇਰ ਕਿਲ੍ਹੇ ਦੇ ਵਿੱਚ। ਅਤੇ ਉੱਥੇ ਸਾਨੂੰ ਆ ਬਾਈ ਮਿਲਿਆ, ਇਹ ਇੱਥੋਂ ਦਾ ਟੂਰਿਸਟ ਗਾਈਡ ਸੀ, ਅਤੇ ਇਹਨੇ ਸਾਨੂੰ ਪਹਿਲਾਂ ਮੋਟਾ ਮੋਟਾ ਦੱਸਿਆ ਵੀ ਆਹ 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 ਚੀਜ਼ਾਂ ਹੁੰਦੀਆਂ ਕਿਲ੍ਹੇ ਦੇ ਵਿੱਚ, ਇੱਥੇ ਆਹ ਚੀਜ਼ ਆ, ਇੱਥੇ ਆਹ ਚੀਜ਼ ਆ, ਰਾਜੇ ਦਾ ਮਹਿਲ ਇੱਧਰ ਆ, ਰਾਣੀ ਦਾ ਮਹਿਲ ਇੱਧਰ ਆ। ਅਸੀਂ ਉਹ ਤੋਂ ਸਾਰਾ ਸੁਣ ਕੇ, ਪਰ ਅਸੀਂ ਘੁੰਮੇ ਆਪੇ, ਕਿਉਂਕਿ ਜੋ ਆਪਦੇ ਸਿਰ 'ਤੇ ਘੁੰਮਣ ਦਾ ਮਜ਼ਾ ਉਹ ਇਹਨਾਂ ਦੇ ਨਾਲ ਨਹੀਂ ਆਉਂਦਾ, ਕਿਉਂਕਿ ਇਹ ਆਪਾਂ ਨੂੰ ਬਹੁਤ ਜ਼ਿਆਦਾ ਹਿਸਟਰੀ ਦੱਸਣ ਲੱਗ ਜਾਂਦੇ ਆ, ਜੋ ਕਿ ਬਾਅਦ ਦੇ ਵਿੱਚ ਬੋਰ ਕਰਨ ਲੱਗ ਜਾਂਦੀ ਆ। ਤਾਂ ਫਿਰ ਅਸੀਂ ਇਹ ਤੋਂ ਮਾੜਾ ਜਿਹਾ ਪੁੱਛ ਕੇ ਫਿਰ ਆਪੇ ਹੀ ਚੱਕਦਾ ਕੰਮ, ਘੁੰਮਣ ਲੱਗ ਗਏ ਕਿਲ੍ਹੇ ਨੂੰ। ਅਤੇ ਆਓ ਤੁਹਾਨੂੰ ਵੀ ਦਿਖਾਉਂਦੇ ਹਾਂ ਕੀ ਕੁਛ ਕਿੱਥੇ ਆ ਅਤੇ ਕਿਵੇਂ ਆ ਸਾਰਾ ਕੁਛ। ਪਹਾੜੀ ਕੋ ਰੂਹ ਕੀ ਮਾਤਰਾ ਕੋੜਾ ਦੀਆ ਪਹਾੜੀ ਕਾ ਨਾਮ ਕਰ ਦਿਆ ਮੇਰੂ ਸੇ ਮੇਰ ਰਾਜਾ ਜੈਸਲ ਦੋਨੋਂ ਕੋ ਮਿਲਾ ਕੇ ਬਣ ਗਿਆ ਜੈਸਲ ਮੇਰ ਦ ਮਾਊਂਟੇਨ ਆਫ ਦ ਕਿੰਗ। ਆਜ ਵੀ ਰਾਜਾ ਹੈ ਜਿਨ ਕਾ ਨਾਮ ਹੈ ਮਹਾਰਾਵਲ ਚੇਤਨਿਆ। ਅਭੀ ਵਰਤਮਾਨ ਜੋ ਰਾਜਾ ਕੀ ਪੀੜ੍ਹੀ ਹੈ 44 ਜਨਰੇਸ਼ਨ ਹੈ, ਉਨਕਾ ਏਜ 28 ਸਾਲ 28 44 ਜਨਰੇਸ਼ਨ ਅਭੀ ਇਹ ਯਹਾਂ ਕੇ ਰਾਜਾ ਹੈ ਜਿਨ ਕਾ ਨਾਮ ਹੈ ਮਹਾਰਾਵਲ ਚੇਤਨਿਆ ਰਾਜ ਸਿੰਘ ਭਾਟੀ। ਚੇਤਨਿਆ ਰਾਜ ਸਿੰਘ ਭਾਟੀ ਨਿਵਾਸ ਲੈ ਕੇ ਬਾਹਰ ਹੈ। ਯਹਾਂ ਦੋ ਬੜੀ ਫੈਸਟੀਵਲ ਹੈ, ਇੱਕ ਦਸਹਰਾ ਇੱਕ ਹੋਲੀ ਕੇ ਬਾਅਦ ਜਿਸਕਾ ਨਾਮ ਹੈ ਗਊ। ਆਹ ਦੇਖੋ ਜੀ, ਕਿਲ੍ਹੇ ਦਾ ਹੈਗਾ ਥੱਲੇ ਵਾਲਾ ਹਿੱਸਾ, ਇਹ ਲੋਕਾਂ ਨੂੰ ਰਹਿਣ ਦੇ ਵਾਸਤੇ ਦਿੱਤਾ ਵਾ, ਕਈਆਂ ਨੇ ਇਸ ਨੂੰ ਰੈਸਟੋਰੈਂਟਾਂ ਦੇ ਵਿੱਚ ਤਬਦੀਲ ਕਰ ਦਿੱਤਾ, ਇਹ ਹੁਣ ਰੈਸਟੋਰੈਂਟ ਆ ਅਤੇ ਨਾਲੇ ਹੋਟੇਲ ਆ। ਇੱਥੇ ਬਾਹਰਲੇ ਦੇਸ਼ੋਂ ਲੋਕ ਆ ਕੇ ਰਹਿੰਦੇ ਆ, ਇੱਥੇ ਲੰਚ ਕਰਦੇ ਆ, ਅਤੇ ਬਹੁਤ ਘੈਂਟ ਚੀਜ਼ ਬਣੀ ਹੋਈ ਆ। ਆਹ ਇੱਥੋਂ ਦੀਆਂ ਗਲੀਆਂ, ਗਲੀਆਂ ਦੇ ਵਿੱਚ ਬਾਜ਼ਾਰ ਲੱਗੇ ਹੋਏ ਆ, ਬਹੁਤ ਹੀ ਘੈਂਟ ਚੀਜ਼ਾਂ ਮਿਲਦੀਆਂ ਇੱਥੋਂ, ਆ ਪੁਰਾਣੀਆਂ ਪੁਰਾਤਨ ਚੀਜ਼ਾਂ ਮਿਲਦੀਆਂ ਇੱਥੋਂ, ਅਤੇ ਘੁੰਮਦਿਆਂ ਨੂੰ ਬਹੁਤ ਨਜ਼ਾਰਾ ਆ ਰਿਹਾ, ਆਨੰਦ ਵਧਿਆ ਪਿਆ। ਅਸੀਂ ਕਿਲ੍ਹੇ ਦੇ ਟੋਪ 'ਤੇ ਪਹੁੰਚ ਚੁੱਕੇ ਹਾਂ। ਰਾਜੇ ਨੇ ਇਕੱਲਾ ਕਿਲ੍ਹਾ ਸੋਹਣਾ ਹੀ ਨਹੀਂ ਬਣਾਇਆ ਸੀ, ਉਹਨੂੰ ਸੁਰੱਖਿਅਤ ਕਰਨ ਦੇ ਲਈ ਤੋਪਾਂ ਤਾਪਾਂ ਵੀ ਰੱਖੀਆਂ ਹੋਈਆਂ ਸੀ। ਆਹ ਉਹ ਤੋਪਾਂ ਜਿਹੜੀਆਂ ਭਾਜੀ ਮੋੜ ਦਿੰਦੀਆਂ ਸੀ ਦੁਸ਼ਮਣ ਦੀ, ਇਹ ਇੱਥੋਂ ਭਾਜੀ ਮੁੜਦੀ ਸੀ, ਦੇਖੋ ਇੱਥੋਂ ਗੋਲਾ ਚੱਲਦਾ ਸੀ ਤਾਂ ਪਰੇ ਜਾ ਕੇ ਦੁਸ਼ਮਣ ਡਿੱਗਦਾ ਸੀ। ਕਿਲ੍ਹੇ ਦਾ ਟੋਪ ਦੇਖ ਕੇ ਹੁਣ ਅਸੀਂ ਬਾਜ਼ਾਰ ਦੇ ਵਿੱਚ ਆ ਚੁੱਕੇ ਹਾਂ। ਪਹਿਲਾਂ ਤਾਂ ਬਾਈ ਦੀ ਕਲਾ ਦੇਖੋ, ਟੀ ਸ਼ਰਟਾਂ ਦੇ ਉੱਤੇ ਫੋਟੋ ਬਣਾ ਕੇ ਦਿੰਦਾ, ਦੇਖੋ ਕਿੰਨੀ ਵਧੀਆ ਆਰਟ ਆ ਬਾਈ ਦੀ। ਆਹ ਦੇਖੋ ਮਾੜੀ ਜਿਹੀ ਕਿਰਾ, ਆ ਸਾਰਾ ਸਮਾਨ ਬਾਈ ਹੁਣਾਂ ਨੇ ਹੈਂਡਮੇਡ ਬਣਾਇਆ ਵਾ, ਕਿਆ ਬਾਤਾਂ, ਕਿਆ ਘੈਂਟ ਚੀਜ਼ ਬਣਾਈਆਂ ਯਾਰ, ਬਹੁਤ ਸੋਹਣੀਆਂ ਚੀਜ਼ਾਂ ਬਣੀਆਂ ਵਾ ਆਪਣੇ ਘਰ ਨੂੰ ਸ਼ਿੰਗਾਰ ਦਾ ਕੇਂਦਰ ਬਣਾਉਣ ਲਈ, ਇਹ ਚੀਜ਼ਾਂ ਬਹੁਤ ਹੈਲਪ ਕਰਦੀਆਂ ਆਪਣਾ। ਕਿਲ੍ਹੇ ਦੇ ਵਿੱਚ ਕੁੱਲ ਸਹੂਲਤ ਹੁੰਦੀ ਸੀ, ਆਹ ਮੰਦਰ ਬਣਿਆ ਹੋਇਆ ਉਸ ਸਮੇਂ ਦਾ ਕਿਲ੍ਹੇ ਦੇ ਵਿੱਚ, ਆਹ ਖੂਹ ਆ ਇਹ ਹੁਣ ਬੰਦ ਪਿਆ, ਸਭ ਚੀਜ਼ ਕਿਲ੍ਹੇ ਦੇ ਵਿੱਚ ਹੀ ਉਪਲਬਧ ਹੁੰਦੀ ਸੀ ਉਸ ਸਮੇਂ ਦੇ ਵਿੱਚ ਵੀ। ਅਤੇ ਆਹ ਦੇਖੋ ਤੁਸੀਂ ਬੋਤਾਂ ਕਿੰਨਾ ਸੋਹਣਾ ਬਣਾਇਆ ਵਾ, ਟਿਕਟਾਂ ਲੈਣ ਲੱਗੇ ਆ ਕਿਲ੍ਹੇ ਘੁੰਮਣ ਦੀਆਂ, ਰਾਜੇ ਦਾ ਕਿਲ੍ਹਾ ਪਰਚੀ ਆ ਭਾਈ, ਇਹ ਪਰਚੀ ਆ ਠੀਕ ਹੈ, ਇਹ ਵੀ ਲੈ ਕੇ ਜਾਣਾ ਇੱਕ ਉੱਥੇ, ਆਹ ਤਾਂ ਘਾਟਾ ਹੀ ਖਾ ਲਿਆ ਜੀ, ਦੂਰੀ ਹਰ ਫੇਰ ਆਉਣਾ ਪੈਣਾ। ਆਹ ਹੁਣ ਰਾਜਾ ਤੇ ਆਹ ਰਾਜੇ ਦੀ ਮੌਤ ਹੋ ਗਈ 2021 'ਚ, ਫਿਰ ਇਹਨੂੰ ਰਾਜਾ ਬਣਾ ਗਿਆ ਇਹ, ਆਹ ਯੁਵਰਾਜ ਕੁਮਾਰ ਵੱਡਾ ਸਾਰਾ ਨਾਂ ਜਾ 2008 'ਚ ਹੁਣੇ ਰਾਜਾ ਹੀ ਬਣ ਗਿਆ ਯੁਵਰਾਜ ਨੇ ਰਿਹਾ। ਚਲੋ ਆਪਣਾ ਭੁੱਖਾ ਭਾਲੇ ਵਿਖਾਉਣੇ ਆ ਜੀ, ਅਸਲਾ ਪੁਰਾਣਾ ਹੈ ਜਿਹੜਾ ਉਹ 'ਚ ਨਹੀਂ ਦਿੰਦੇ ਹੁੰਦੇ ਆਪਾਂ ਫਿਲਮਾਂ ਫੁਲਮਾਂ 'ਚ। ਗੁਰੂ ਸੈਨਿਕ ਤੋਪ ਹੈ, ਆਹ ਜਿਹੜਾ ਨਾਮ ਲੱਗਦੇ ਸੀ ਘੋਪ ਪਾਏ ਘੋਤੇ ਸੀ
ਜਿਹਨੂੰ ਵੀ ਕੀਤੀ ਨਹੀਂ ਆ ਸਿਰ ਤੇ ਲਈ ਤਾਂ ਹੁੰਦਾ ਜੀ ਖੁਰਕੀ ਆ ਪਈ ਆ ਸਿਰ ਤੇ ਲਈ ਤਾਂ ਹੁੰਦਾ ਜੀ ਇਹ ਸਿਰ ਤੇ ਟੋਪ ਆ ਖੁਰਕੀ ਆ ਜੀ ਆ ਛੋਟਾ ਚਾਕੂ ਆ ਨਹੀਂ ਨਹੀਂ ਇਹਨੂੰ ਕਟਾਰ ਕਹਿੰਦੇ ਸੀ ਹਾਂ ਅੱਛਾ ਖੁਰਕੀ ਖੁਰਕੀ ਤਾਂ ਮੈਨੂੰ ਤਾਂ ਸਿੰਘਾਂ ਨੇ ਬਹੁਤ ਵਰਤੀ ਆ ਜੰਗਾਂ 'ਚ ਜਦੋਂ ਮੱਸੇ ਰੰਗੜ ਦਾ ਸਿਰ ਵੱਢ ਗਏ ਆ ਬਾਬੇ ਮਹਿਤਾਬ ਸਿੰਘ ਨੂੰ ਉਹਨਾਂ ਕੋਲੇ ਵੀ ਖੁਰਕੀਆਂ ਸੀਗੀਆਂ ਮੇ ਵੀ ਪੱਕੀ ਮੈਂ ਵਾਦਾ ਨਹੀਂ ਯਾਨੀ ਕਿ ਮੈਂ ਪੜਿਆ ਜਿੱਥੋਂ ਪਹਿਲਾਂ ਖੁਰਕੀ ਸੀ ਉਹ ਮਗਰ ਪਾਲੇ ਪਏ ਹਨ ਆ ਸੰਗੀਨ ਆਹ ਤਾਂ ਆਪਣੇ ਗੱਤਕੇ ਵਾਲਿਆਂ ਕੋਲੇ ਵੀ ਹੁੰਦਾ ਆ ਪਾਲਾ इधर आप शंख पे आदा प्रेस लगती है ना ਇਹ ਫਗਾਨਾ ਕੋਲੇ ਹੁੰਦਗਾ ਸੀ ਮਾਰ ਜਾ ਕੇ ਆ ਮਹਾਰਾਜਾ ਰਣਜੀਤ ਸਿੰਘ ਦੇ ਕਿਲੇ ਚ ਪਿਆ ਸਲਾਦਾ ਮੱਲਾ ਬਹੁਤ ਤਕੜਾ ਹੋਇਆ ਪਿਆ ਆਦਾ ਉਂ ਵੀ ਦੋ ਜਣੇ ਚੱਕ ਕੇ ਚਲਾਉਂਦੇ ਹੋਣਗੇ ਓਏ ਹਜੇ ਵੀ ਵਰਕਿੰਗ ਕੰਡੀਸ਼ਨ ਜਾਂ ਅਜੇ ਤਾਂ ਮੈਨੂੰ ਲੱਗਦਾ ਜਗਾੜ ਹੀ ਥੋੜਾ ਓਏ ਆਏ ਇੱਥੇ ਵੱਜਦਾ ਸੀ ਨਾ ਇੱਥੇ ਅੱਗ ਲੱਗ ਰਹੀ ਸੀ ਉਹ ਸਿਸਟਮ ਅੱਛਾ ਆ ਵੀ ਦਰਵਾਜ਼ਾ ਹੋ ਗਿਆ ਜੀ ਭਾਲੇ ਦੇ ਸਿਰ ਅੱਡਵਾ ਕੇ ਇੱਥੇ ਪਿਆ ਚਲੋ ਮੈਂ कह दें थोड़ी जी चांदी लैके भी आ झांजरां बहुत भारियां करालियां दस तोलियां दी लै लिया आ उदों सघासन मेच कुर्सियां सब चांदी दा बणिया वा हुंदा सी सानू किला घूमदिआं नूं इक तरीके नाल बेचैनी जी वी हो रही सी वैसे घूमण च तां मजा आ रिहा सी पर इक गल दी बेचैनी इस गल दी हो रही सी कि इहो जिहे बहुत सारे किले पंजाब दे विच आ तां उहनां नूं कातों नहीं सांभ संभाल हो रही उहनां दी हालांकि ਉਹ ਕਿਲੇ ਤੋਂ ਬਹੁਤ ਜ਼ਿਆਦਾ ਵੱਡੇ ਆ ਉੱਥੇ ਬਹੁਤ ਜ਼ਿਆਦਾ ਸਮਾਨ ਪਿਆ ਤਾਂ ਉਹਨੂੰ ਸਰਕਾਰ ਨੂੰ ਉਹਨਾਂ ਦੀ ਸਾਂਭ ਸੰਭਾਲ ਕਰ ਲੈਣੀ ਚਾਹੀਦੀ ਆ ਅਤੇ ਉਸ ਨੂੰ ਟੂਰਿਜ਼ਮ ਲਈ ਖੋਲ੍ਹ ਦੇਣਾ ਚਾਹੀਦਾ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਉੱਥੇ ਘੁੰਮਣ ਆਇਆ ਕਰਨ ਤਾਂ ਸਰਕਾਰ ਦੀ ਇਨਕਮ ਆ ਜੋ ਉਹ ਇਹ ਚੀਜ਼ਾਂ ਦੇ ਨਾਲ ਵੱਧ ਸਕੇ ਤਾਂ ਸਰਕਾਰ ਨੂੰ ਇਹ ਚੀਜ਼ਾਂ 'ਤੇ ਜ਼ਰੂਰ ਧਿਆਨ ਦੇਣਾ ਚਾਹੀਦਾ ਚਾਚਾ ਜਾਲ ਜੂਲ ਕਾਹਤੋਂ ਲਾਏ ਵੇ ਆ ਤਾਂ ਹਾਂ ਵੀ ਲਾਇਆ ਪਿਆ ਥੱਲੇ ਵੀ ਲਾਇਆ ਪਿਆ ਕਬੂਤਰ ਕੱਪਾ ਆ ਕੇ ਬਿੱਠਾ ਬੁੱਠਾ ਨਾਲ ਵਿੱਚ ਬਹਿਣ ਬਿੱਠਾ ਦਾ ਖੈਰ ਜਾਲ ਖਣੇ ਵੀ ਲੰਘ ਜਾਣਗੇ ਵਿੱਚ ਬਈ ਫੰਗ ਫੁੰਗ ਜੇ ਬਈ ਆਪ ਆ ਕੇ ਜ਼ਿਆਦਾ ਗੰਦ ਨਾ ਪਾਉਣ ਮਾੜੀ ਮੋਟੀ ਤਾਂ ਸਫਾਈ ਵੀ ਹੋ ਜੂਗਾ ਆ ਥੱਲੇ ਖੇਲਾ ਬਣਾਈ ਜਾਵਾਂਗਾ ਉਹ ਖੇਲਾ ਨਹੀਂ ਉਹ ਰਾਜੇ ਵੇਲੇ ਦਾ ਕੋਈ ਘੋੜਿਆਂ ਘੜਿਆਂ ਨਹੀਂ ਖੂ ਖੇਲ ਕੋਈ ਬਾਕੀ ਪਤਾ ਨਹੀਂ ਉਹ ਤੇ ਨਹਾਉਣ ਨੂਣ ਨੂੰ ਨਾ ਹੋਵੇ ਟੱਬ ਉਦੋਂ ਇਹੋ ਜਿਹੇ ਬੰਦੇ ਹੋਣ ਹਾਂ ਆਪ ਦਾ ਮਾਫੀ ਵੀ ਨਹੀਂ ਹੁੰਦੀ ਜੀ ਤਾਂ ਨਹੀਂ ਪਤਾ ਚਾਰ ਨੂੰ ਮੈਂ ਕੋਈ ਗਲਤ ਕੋਆ ਦੀ ਦੱਸੋ ਆਜੋ।
ਚਾਚਾ ਸਾਰਾ ਜੁਗਾੜ ਹੀ ਰਹਿ ਗਿਆ ਸੀ, ਸਕਲਪਚਰ ਰਹਿ ਗਏ, ਮੂਰਤੀਆਂ ਸਾਰਾ ਮੇਨ ਸਾ ਰਹਿ ਗਿਆ ਸੀ। ਮੂਰਤੀਆਂ ਦਾ ਰਾਜੇ ਦੇ ਮਹਿਲ ਦੀਆਂ ਕਿਆ ਬਾਤਾਂ, ਹੱਥ ਨਾਲ ਮੂਰਤੀਆਂ ਬਣਾਈਆਂ ਹੋਈਆਂ ਇਹ, ਖਣੀ ਪੱਥਰ ਨੂੰ ਕੱਟ ਕੇ ਬਣਾਈਆਂ ਤੇ ਖਣੀ ਕਿਵੇਂ ਬਣਾਈਆਂ ਇਹ ਤਾਂ ਬੜਾ ਮੈਨੂੰ ਪਤਾ ਨਹੀਂ, ਪਰ ਬਣਾਈਆਂ ਬਹੁਤ ਘੈਂਟ, ਕਿਆ ਬਾਤਾਂ। ਹਾਂ ਬਈ, ਜਿਹੜੇ ਰਾਜੇ ਦੀ ਡਰੈਸ ਪਈ ਆ ਨਾ, ਇਹਦਾ 7.5 ਫੁੱਟ ਕੱਦ ਸੀ ਤੇ 2.5 ਕੁਇੰਟਲ ਵਜਨ ਸੀ। ਜਿਸ ਕਿੰਗ ਦਾ ਹਾਈਟ ਥਾ 7.5 ਫੀਟ ਔਰ ਵਜਨ ਥਾ 250 ਕਿਲੋ। ਆ ਝੰਡਾ ਜੈਸਲਮੇਰ ਦੇ ਕਿਲੇ ਦਾ ਨਿਸ਼ਾਨ ਸੀ, ਜਿਵੇਂ ਹੁਣ ਇੰਡੀਆ ਜਾਂ ਕਨੇਡਾ ਅਮਰੀਕਾ ਅੱਡੋ ਅੱਡ ਦੇਸ਼ਾਂ ਦੇ ਝੰਡੇ ਹੁੰਦੇ ਆ, ਉਵੇਂ ਉਵੇਂ ਕਿਲਿਆਂ ਦੇ ਝੰਡੇ ਹੁੰਦੇ ਸੀ। ਅਤੇ ਆਹ ਦੇਖੋ ਕਿ ਇੱਥੋਂ ਕੀੜੀਆਂ ਵਰਗੇ ਦਿਸਦੇ ਆ ਜਿਹੜੇ ਘਰ ਆ, ਅਸੀਂ ਇੰਨਾ ਉੱਚਾ ਖੜ੍ਹੇ ਸੀ, ਇਹ ਕਿਲੇ ਦਾ ਟੌਪ ਆ, ਮਤਲਬ ਇੰਨਾ ਉੱਚਾ ਪਾਇਆ ਗਿਆ ਕਿਲਾ ਸ਼ਹਿਰ ਦੇ ਨਾਲੋਂ। ਚੜ੍ਹਾਈ ਵਾਲੀ ਆ, ਸਬਸੇ ਫੇਮਸ ਸਾੜੀ ਹੈ ਰਜਵਾੜੀ ਸਾੜੀ, ਜਿਸਕੇ ਉੱਪਰ ਮੈਂ ਗੋਟਾ ਪੱਤੀ ਕਾ ਕਾਮ ਹੂੰ। ਦੂਸਰਾ ਯਹਾਂ ਪੇ ਦੇਖਨਾ ਬਾਲਮੀ ਟਾਈ ਅੰਡਾਈ ਬੜੀਆ ਕਲੈਕਸ਼ਨ, ਔਰ ਥਰ ਮੇ ਯਹਾਂ ਪੇ ਜਾਨੀ ਕੇ ਮੈਂ ਬੋਲੀ ਪਹਿਲੇ ਬਹੁਤ ਖੁੱਲੇ ਬਾਜ਼ੂ ਸੀ ਸਾਰਾ ਕੁਝ, ਤੇ ਰਾਜਾ ਨੇ ਮੈਨੂੰ ਬਾਥਰੂਮ ਪਹਿਲਾਂ ਤੇ ਬਹੁਤ ਮਾਰਾ ਰਣਜੀਤ ਸਿੰਘ ਦੇ ਕਿਲੇ ਵੀ ਬਹੁਤ ਖੁੱਲੇ, ਮੈਂ ਵਾਰ ਵਾਰ ਤਾਂ ਕਹਿੰਦਾ ਆਪਾਂ ਨੂੰ ਦੇਖਣ ਵਾਲੇ ਬਹੁਤੇ ਪੰਜਾਬੀ ਨੇ, ਹੋਰ ਮਹਾਰਾ ਰਣਜੀਤ ਸਿੰਘ ਨੇ ਕਿਲੇ ਜ਼ਰੂਰ ਜਾਓ ਪਲੀਜ਼। ਆਹ ਮਹਾਰਾਣੀ ਦੇ ਰਹਿਣ ਵਾਲਾ ਮਹਾਰਾਣੀ ਕਾਛ ਹੋਏ ਮਹਾਰਾਣੀ ਕਾਛ ਖੇਤ ਬਲਾਸ ਦਾ ਹੁਣ ਯਾਰ ਮਤਲਬ ਨਹੀਂ ਪਤਾ ਆਪਾਂ ਨੂੰ, ਕੱਛ ਤਾਂ ਰਹਿਣ ਵਾਲਾ ਚੱਲ ਪਤਾ ਵੀ ਰਹਿਣ ਵਾਲਾ ਹਨਾ, ਖੇਤ ਬਲਾਸ ਕੱਪੜੇ ਕੁੱਪੜੇ ਬਦਲ ਲੈਣਾ ਨਾ ਹੋਵੇ ਕੋਲ ਹੋਊਗਾ ਕੁਛ ਏਦਾਂ ਦਾ ਹੀ ਹੋਊ। ਆਹ ਤੇ ਆ ਉਹ ਜਿਹਾ ਕੁਛ ਆ ਜਿਹੜਾ ਸੋਨੂੰ ਨੀ ਭੇਜਿਆ ਸੀ ਪਾਕਿਸਤਾਨ ਤੋਂ, ਰਾਣੀ ਬਹਿੰਦੀ ਸੀ ਇੱਥੇ ਦਿਸਵੇ। ਬਾਰੀਆਂ ਬੂਰੀਆਂ ਲੱਗੀਆਂ ਹੋਈਆਂ ਇੱਥੇ, ਮਿਰਚਾਂ ਟੰਗੀਆਂ ਜਾਂਦੀਆਂ ਇਹ ਨਿੰਬੂ ਦੇ ਨਾਲ, ਤਾਜ਼ਾ ਕੰਮ ਆ ਜਾ ਭਾਈ, ਨਜ਼ਰ ਕਿਲੇ ਨੂੰ ਵੀ ਲੱਗ ਸਕਦੀ ਆ, ਉਹ ਕਹਿੰਦੇ ਬਈ ਦੇਖਣ ਵਾਲੇ ਬਹੁਤ ਆਉਂਦੇ ਆ, ਕੀ ਪਤਾ ਕਿਵੇਂ ਹੁੰਦਾ ਕੰਮ। ਗਲੀਆਂ ਗੁਲੀਆਂ ਕਮਰੇ ਕੁਮਰੇ ਬਹੁਤ ਸੋਹਣੇ ਬਣਾਏ ਹੋਏ ਆ ਬਈ, ਬਹੁਤ ਪਲੈਨਡ ਕਰਕੇ, ਬਹੁਤ ਬੰਦੇ ਪਹਿਲਾਂ ਪਲੈਨ ਕਰਦੇ ਉਹਨੇ ਏਦਾਂ ਦਾ ਮਹਿਲ ਪਾਉਣਾ, ਫੇਰ ਪੈਂਦਾ ਸੀ। ਆਹ ਮਹਿਲ ਦੇ ਵਿੱਚ ਦੁਕਾਨ ਵੀ ਭਾਈ ਬੇ ਜਵੈਲਰੀ ਦੀ, ਇੱਥੋਂ ਆਇਆ ਜਾਂਦਾ ਬਾਹਰ। ਆ ਹੁਣ ਰਾਜਾ ਰਾਣੀ ਦਾ ਮਹਿਲ ਦੇਖ ਕੇ ਤੇ ਅਸੀਂ ਆ ਗਏ ਹੁਣ ਬਾਹਰ, ਇੱਥੇ ਇਹਨਾਂ ਦੇ ਕੋਲੇ ਪੁਰਾਣਾ ਸਮਾਨ ਪਿਆ, ਪੁਰਾਣੇ ਸਮਿਆਂ ਦਾ ਜਿੰਦੇ ਪਏ ਆ, ਕੋਈ ਮੱਛੀ ਵਾਲਾ ਜਿੰਦਾ, ਕੋਈ ਘੋੜੇ ਵਾਲਾ, ਕੋਈ ਗਧੇ ਵਾਲਾ, ਕੋਈ ਜਹਾਜ਼, ਮਤਲਬ ਕੁਛ ਹੋਰ ਵਾਲਾ, ਮਤਲਬ ਬਾਹਲੇ ਕਾਸੇ ਵਾਲੇ ਜਿੰਦੇ ਸੀ। ਅਸੀਂ ਪਹਿਲਾਂ ਤਾਂ ਉਹ ਵੀ ਦੇਖੇ, ਫਿਰ ਇੱਥੋਂ ਜਿਹੜਾ ਹੋਰ ਕੋਈ ਪਿੰਡ ਨਿਸ਼ਾਨੀਆਂ ਨਹੀਂ ਲੈ ਕੇ ਜਾਂਦੇ ਹੁੰਦੇ ਬਈ, ਅਸੀਂ ਜੈਪੁਰ ਘੁੰਮ ਕੇ ਆਏ ਹਾਂ, ਫਿਰ ਅਸੀਂ ਉਹ ਲਈਤੀਆਂ, ਉਹ ਲੈ ਕੇ ਸ਼ੋਪਿੰਗ ਸ਼ੂਪਿੰਗ ਕਰਕੇ ਫਿਰ ਅਸੀਂ ਕਿਲੇ ਤੋਂ ਥੱਲੇ ਉਤਰਨਾ ਸਟਾਰਟ ਕਰ ਦਿੱਤਾ।
हूँ अभी किले तो थले उतर रहे थी तो किले के जड़िया पौड़िया उन्होंने नाल जगह होंगी उत्थे आ दुकाना खुलिया हैंडमेड डॉल्स छले होर बहुत चीजा देख सकते हैं बाई परफ्यूम बनाई बैठा थी हैंडमेड ला ला के चेक करवाता आप दे तैयार किए बहुत वधिया फ्रैगनेंस इन्होंने बहुत घेंट चीज बनाई असि हजे ब्लॉगिंग वाला काम नवा शुरू किया सानू ए बारे बाली जानकारी नहीं है किवें बनाईदा हुंदा असं जट सौदे जी वाले तरीके दे नाल ये चीज़ा बनाइया फिर अभी थले आउंदे सी आ होर दुकाना आईया लैदर दे शू मतलब बूट पर्स ते बहुत चीज़ा सारिया हैंडमेड लैदर दियां बनिया होंगे जी बहुत मजबूत सी चीज़ा ते इहदू बाद च फिर असी केरां झील ते जा वड़े उत्थे साडे जिहड़े कलाकार सी उन्होंने काम शुरू कर लैणा आपदी कला दा प्रदर्शन कीता आ सुणो तुसी लेखते आए ट्रैक्टर दिया क्लच प्लेटा गलारिया ट्रकां दा नट नोटा बनिया वा ऊठ ऊठ कहिंदे आ इहनू दंद पता नहीं चाचा दंद कहना बनाते हुए तलिया टुलिया बड़ा कुछ लाया पिया थापी दे माड़ी जी क्या बहुत तगड़े आयरन मैन है आयरन कैमल आयरन कैमल कैमल टैंक खड़ा ला टैंक भी बादशाह का बनाया वा थले कुत्ता सुता पिया टैंक का फायदा बहुत है अरे की चीज है सिद्धू पिया सिद्धू मूसे कबूतर लेना चाचा जेसीबी भी खड़ी है अमेरिका भी लगे होंगे रौड़ा राणा जी यानी के हवा नाल करदे हुण इदू बाद रात दा प्रोग्राम दूजा किले तो आ गए गर्मी गुरमी लाती पूल दे विच नहा के क्योंकि गर्मी बहुत ज्यादा सी अज ते हुण असी लंच करांगे ते फिर दुगां चो रेस्ट करके फिर जावांगे डेजर्ट सफारी लई ते ओ सोडे नाल सांझी करांगे अगले ब्लॉग दे विच थैंक यू।